ਸਰ ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਅਤੇ ਆਪਾਂ ਚੱਲੇ ਹਾਂ ਸਪਾਰ ਦਾ ਮੇਲਾ, ਕੱਲ੍ਹ ਸ਼ੁਰੂ ਹੋ ਗਿਆ, ਅੱਜ ਦੂਜਾ ਦਿਨ ਹੈ, 22 ਤਰੀਕ ਲਾਸਟ ਆ, 17 ਤਰੀਕ ਅੱਜ। ਅਤੇ ਚੱਲੇ ਹਾਂ ਮੇਲੇ 'ਤੇ, ਦਿਖਾਉਂਦੇ ਅੱਗੇ ਤੁਹਾਨੂੰ, ਸ਼ਾਮ ਦੇ ਵੱਜੇ ਨੇ 5, ਚੱਲਦੇ ਹਾਂ। ਹਾਂ ਤੂੰ ਰਹਿ ਗਈ ਅੱਜ ਪਾਣੀ ਪਿਆਉਣ ਤੋਂ, ਬਾਕੀ ਨੂੰ ਪਿਆਤਾ, ਇਹਨੂੰ ਬਾਡੀ ਵਰਕ ਧਰ ਦਿੰਦੇ ਹਾਂ। ਸੰਦੀਪ ਅਤੇ ਗੁਰਵੀਰ ਗਏ ਨੇ ਮਾੜੇ ਕੰਮ ਗੰਗਾ ਨਾਲ, ਤਾਂ ਜਦੋਂ ਮੈਂ ਕਿਹਾ ਜਨੂੰ ਭਾਵੇਂ ਪਾਣੀ ਪਿਆ ਦੇਣਾ, ਤਿਆਰ ਤਾਂ ਮੈਂ ਹੋ ਗਿਆ ਸੀ, ਪਾਣੀ ਪਿਆਉਣਾ ਰਹਿੰਦਾ ਵਿਚਾਰੇ ਨੂੰ, ਮੈਂ ਕਿਹਾ ਪਾਣੀ ਪੂਣੀ ਪਿਆ ਦਈਏ, ਫਿਰ ਚੱਲਦੇ। ਹੋਰ ਖੁਸ਼, ਤੁਹਾਨੂੰ ਦਿਖਾਉਂਦੇ ਹਾਂ ਮੇਲਾ ਛਪਾਰ ਦਾ, ਪੰਜਾਬ ਦੇ ਪ੍ਰਸਿੱਧ ਮੇਲਿਆਂ 'ਚੋਂ ਮੇਲਾ। ਲੱਗੇ ਗਮ ਵੀ ਮੇਰੇ ਚਿੱਤ ਨੂੰ, ਕੰਬਣੀ ਛਿੜ ਗਈ ਤੈਨੂੰ, ਮੇਲੇ ਨੂੰ ਚੱਲੀਏ। ਚੱਕੋ ਜੀ, ਮੇਲਾ ਹੋ ਗਿਆ ਸ਼ੁਰੂ, ਮੇਲਾ ਪਿੰਡ ਛਪਾਰ। ਆ ਬਾਈ ਸਟੈਂਡ ਤੇ ਉਹਦਾ ਪਹਿਲਾਂ ਪਹੁੰਚ ਜਾਂਦਾ, ਸਵੇਰੇ ਹੀ ਪਹੁੰਚ ਜਾਂਦੇ ਨੇ ਹਾਜ਼ਰੀ ਲਾਉਣਾ ਸੀ। ਮਾਣ ਕਰ ਦੇ, ਪੱਠੇ ਮਿਲ ਗਏ ਇੱਥੇ ਭਾਈ। ਆਹ
ਇਹ ਕਟੜਾ ਹਾਈਵੇ ਤੇ ਚੜਿਆ ਫਿਰਦਾ ਨੈਸ਼ਨਲ ਹਾਈਵੇ ਮੁੰਬਈ ਕਟੜਾ ਐਕਸਪ੍ਰੈਸ ਸਪਾਰ ਦੇ ਮੇਲੇ ਤੇ ਪਹੁੰਚੇ ਹੋਏ ਨੇ ਟੈਟੂ ਟੂਟੂ ਬਣਵਾਉਣਾ ਦੱਸਦੇ ਹੋਣੇ ਬਣਵਾਉਣਾ ਤੇ ਨਹੀਂ ਕਨੇਡਾ ਵਾਲੇ ਅਮਰੀਕਾ ਵਾਲੇ ਇੰਗਲੈਂਡ ਵਾਲੇ ਯੂਕੇ ਵਾਲੇ ਦੁਬਈ ਵਾਲੇ ਆਜੋ ਜਾ ਰਿਹਾ ਜਹਾਜ਼ ਕਨੇਡਾ ਅਮਰੀਕਾ ਇੰਗਲੈਂਡ ਯੂਕੇ ਦੁਬਈ ਆਹ ਬੰਦਾ ਮੇਲਾ ਦੇਖਣ ਆਇਆ ਕਹਿੰਦਾ ਪਰ ਕਿਸ਼ਤੀ 'ਚ ਨਹੀਂ ਬਹਿਣਾ ਤੈਨੂੰ ਬਿਠਾਉਣਾ ਚੱਕ ਕੇ ਬਣਾਵਾਂਗੇ ਤੈਨੂੰ ਕਿਉਂ ਘਬਰਾਉਣਾ ਵੀਡੀਓ ਬਣਾਈ ਚੱਕ ਕੇ ਮੈਂ ਤਾਂ ਹਿੰਦੀ ਬਣੇ ਲੈ ਜਾਣਾ ਬਣਾਵਾਂਗੇ ਇਹਨੂੰ ਚੰਡੋਲ 'ਤੇ ਵੀ ਬਣਾ ਦੇਵਾਂਗੇ ਕਿਉਂ ਘਬਰਾਉਣਾ ਚਲਾ ਦੇ ਆਵੀ
ਆ ਗਈ ਪੁਲਿਸ। ਛੋਟੇ ਜਵਾਕਾਂ ਦਾ ਕੀ ਬਣਾ ਆ ਜਾ ਚੱਲੀਏ। ਅਟੈਂਪਟ 2 ਹੋ ਗਿਆ ਭਾਈ।
ਮੁੰਡਾ ਹੋ ਗਿਆ ਕਹਿੰਦਾ ਔਖਾ, ਕਹਿੰਦਾ ਬਾਹਲਾ ਭਰ ਗਿਆ, ਢਿੱਡ ਭਰ ਗਿਆ, ਹੋ ਕੀ ਆ ਗਿਆ ਚੰਗਾ। ਲੋ ਜੀ ਪਿੰਡ ਪਹੁੰਚ ਗਿਆ ਅਤੇ ਮੈਂ ਵਜ਼ੀਰ ਕੋਲ ਬੈਠੇ ਹਾਂ। ਰਵੀਰ ਸਿੰਘ 9 ਵਜੇ ਨੂੰ ਅਸੀਂ ਘਰ ਪਹੁੰਚ ਗਏ ਅਤੇ ਚੱਲਦੇ ਹਾਂ ਵੈਸੇ ਘਰ ਨੂੰ, ਇਸ ਤੋਂ ਬਾਅਦ ਵੀਡੀਓ ਸ਼ੇਵ ਕਰ ਲਈ ਆ।